समाना उपमंडल के गांव गुरदयालपुरा का नौजवान विक्रमजीत सिंह, जो कि समाना में चीकर रोड पर एक मोटरसाइकिल एजेंसी के अंदर मैकेनिक का कार्य करता था, लेकिन कोरोना महामारी के कारण पंजाब में लॉकडाउन और कर्फ्यू के दौरान उसको वेतन नहीं मिला। यह आरोप उसकी पत्नी वेंद कौर ने एजेंसी मालिक पर लगाए और कहा कि मेरे पति ने 20 जून को जब एजेंसी मालिक से पैसा मांगा तो उसने भला बुरा कहा, उसको नौकरी ना देने की बात कही, निकाल दिया। उससे तंग आकर उसने अपनी जीवन लीला भाखड़ा नहर में छलांग लगाकर कर ली। मृतक विक्रमजीत सिंह की डेड बॉडी खनौरी से पुलिस समाना को बरामद हुई है। उसके बाद सिटी पुलिस समाना ने बेंद कौर की शिकायत पर एजेंसी मालिक के खिलाफ मामला दर्ज कर लिया है और मृतक की डेड बॉडी का पोस्टमार्टम समाना के सरकारी अस्पताल में करवाने के लिए भेज दिया है और जांच शुरू कर दी है। ਤਨਖਾਹ ਦਾ ਹੀ 3 ਦਿਨ ਸਾਡੇ ਤੋਂ ਕਿਰਾਇਆ ਮੰਗ ਰਹੇ ਨੇ ਜੀ ਮਕਾਨ ਮਾਲਕ। ਮੈਂ ਤਾਂ ਜੀ ਕਹੂੰਗੀ ਉਹ ਕਿਰਾਏ ਬਾਰੇ ਵੀ ਹਰਮਨ ਦੇ ਡੈਡੀ, ਜਿੱਥੇ ਆਪਾਂ ਕੰਮ ਕਰਦੇ ਹਾਂ ਉੱਥੋਂ ਹੀ ਪੈਸਾ ਮੰਗਾਂਗੇ ਜੀ। ਵੀ ਹਰਮਨ ਦੇ ਡੈਡੀ ਬਾਬੂ ਨੂੰ ਕਹਿਆ ਵੀ ਮੈਨੂੰ ਕੰਮ ਤੇ ਰੱਖੋ, ਮੈਨੂੰ 3000 ਰੁਪਇਆ ਦਿਓ ਵੀ ਮੈਂ ਕਿਰਾਇਆ ਦੇਣਾ। ਕਹਿੰਦਾ ਵੀ ਹੁਣ ਮੇਰੇ ਬੱਚੇ ਭੁੱਖੇ ਮਰ ਰਹੇ ਨੇ, ਕਹਿੰਦਾ ਲੋਕਡਾਊਨ ਚੱਲ ਰਿਹਾ, ਮੈਨੂੰ ਪੈਸੇ ਦਿਓ। ਕਹਿੰਦਾ ਮੈਂ ਨਹੀਂ ਦਿੰਦਾ ਹੈਗਾ। ਕਲਫੂ ਦੇ ਜੋ 2 ਮਹੀਨਿਆਂ ਦੇ ਪਹਿਲਾਂ ਦੇ ਰਹਿ ਰਹੇ ਨੇ ਤੇ ਹੁਣ ਰਹਿ ਰਹੇ ਆ, ਪੂਰਾ ਮਹੀਨਾ ਲੱਗਿਆ ਜੀ ਇਹਨਾਂ ਦਾ ਇੱਕ ਤੋਂ। ਹਾਂ, ਇਹ ਵੀ ਪੂਰਾ ਮਹੀਨਾ ਲੱਗ ਗਿਆ ਇਹਨਾਂ ਦਾ, 3 ਮਹੀਨੇ ਤੇ 11 ਪਤਾ ਨਹੀਂ 22 ਦਿਨਾਂ ਦੇ ਪੈਸੇ ਰਹਿ ਰਹੇ ਨੇ ਜੀ। ਜ਼ਿੰਮੇਦਾਰ ਕੀ ਨੂੰ ਮੰਨ ਰਹੇ ਹੋ ਇਸ ਨੂੰ? ਬਾਬੂ ਆ ਜੀ ਏਜੰਸੀ ਵਾਲਾ, ਮੇਰੇ ਘਰੋਂ ਤਾਂ ਬਾਬੂ ਕੋਲ ਆਇਆ ਏਜੰਸੀ 'ਚ, ਕਹਿ ਕੇ ਮਰਿਆ ਜੀ, ਉਰੇ ਕਹਿ ਕੇ ਮਰਿਆ। ਕਿੰਨੇ ਗਵਾਰੇ ਵੀ ਮੈਂ ਬਾਬੂ ਕਰਕੇ ਮਰ ਰਿਹਾ। ਮੇਰੇ ਭਰਾ ਨੂੰ ਫੋਨ ਕਰਿਆ, ਕਹਿੰਦਾ ਬਾਬੂ ਦਾ ਰੌਲਾ, ਕਹਿੰਦਾ ਉਹ ਕਹਿੰਦਾ ਵੀ ਬਾਬੂ ਨੇ ਰੌਲਾ ਪਾ ਰੱਖਿਆ ਵੀ ਤਨਖਾਹ, ਅਸੀਂ ਤਨਖਾਹ ਮੰਗਦੇ ਹਾਂ, ਤਨਖਾਹ ਦਿੰਦਾ ਨਹੀਂ ਹੈਗਾ। ਉਹ ਕਹਿੰਦਾ ਵੀ 3-3 ਮਹੀਨੇ ਦੀ ਤਨਖਾਹ ਤੁਸੀਂ, ਇਸ ਨੇ ਜੀ ਬਾਬੂ ਨੇ ਜੀ ਇਹਦੇ ਨਾਂ ਦੇ ਨਾ ਏਜੰਸੀ ਦੇ ਲੋਨ ਕਰਾ ਰੱਖੇ ਨੇ ਜੀ। ਉਹ ਹੁਣ ਬੈਂਕ ਵਾਲੇ ਹੁਣ ਇਸ ਨੂੰ ਕਹਿੰਦੇ ਨੇ ਜੀ, ਜਿਹੜੇ ਲੋਨ ਕਰਾਏ ਨੇ ਵੀ ਟਾਰਚ ਕਰਦੇ ਨੇ ਇਸ ਨੂੰ। ਇਹ ਦੁਖੀ ਸੀ, ਕਹਿੰਦਾ ਵੀ ਤੁਸੀਂ ਉਹ ਕਿਸ਼ਤਾਂ ਨਹੀਂ ਭਰਦੇ ਹੈਗੇ, ਉਹਦਾ ਕਰਕੇ ਵੀ ਦੁਖੀ ਸੀ ਜੀ। ਇਹ ਲੋਕਡਾਊਨ ਆ ਗਿਆ, ਲੋਕਡਾਊਨ ਦੇ ਵਿੱਚ ਵੀ ਉਹਨੂੰ ਉਸ ਏਜੰਸੀ ਦੇ ਮਾਲਕ ਨੇ ਉਹਨੂੰ ਤਨਖਾਹ ਨਹੀਂ ਦਿੱਤੀ ਅਤੇ ਗਰੀਬ ਬੰਦੇ ਦੇ ਬੱਚੇ ਤੇ ਉਹਦੇ ਕਿਰਾਏ 'ਤੇ ਰਹਿ ਰਿਹਾ ਸੀ। ਪਰ ਉਹ ਦੁਖੀ ਹੋ ਕੇ ਅੰਤ ਨੂੰ ਜਦੋਂ ਹੁਣ ਉਹਨੂੰ ਉਹਨੇ ਧਮਕੀ ਦਿੱਤੀ ਜਾਂ ਗਲਤ ਬੋਲਿਆ ਵੀ ਮੈਂ ਨੌਕਰੀ ਤੋਂ ਕੱਢਤਾ, ਤਾਂ ਉਹ ਸਹਾਰ ਨਹੀਂ ਸਕਿਆ, ਜਾ ਕੇ ਨਹਿਰ 'ਚ ਸਾਲ ਮਰ ਗਿਆ। ਅਤੇ ਅੱਜ ਜਥੇਬੰਦੀਆਂ ਨੇ ਸਾਰਿਆਂ ਨੇ ਸੰਘਰਸ਼ ਲੀਕਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਪੁਲਿਸ ਨੇ ਅੱਜ ਉਹ 'ਤੇ ਜਿਹੜੀ 306 ਦੀ FIR ਦਰਜ ਕਰਤੀ, ਜਿਹਦੇ ਨਾਲ ਅਸੀਂ ਸੰਤੁਸ਼ਟ ਹਾਂ। ਅੱਗੇ ਪੁਲਿਸ ਤੋਂ ਕਾਰਵਾਈ ਚਾਹੁੰਦੇ ਹਾਂ ਵੀ ਉਹਨੂੰ, ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਗਰੀਬ ਇਨਸਾਨ ਨੂੰ ਇਨਸਾਫ ਦਵਾਇਆ ਜਾਵੇ। 18 ਸਾਲ ਨੌਕਰੀ ਕਰਨ ਦੇ ਬਾਵਜੂਦ ਜਿਹੜਾ ਉਹਨੂੰ ਕਿੰਨੇ ਦਿਨਾਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਦੋਂ ਕਿ ਆਪਦੇ ਫਾਦਰ ਨੂੰ ਆਪਦੇ ਪਰਿਵਾਰਕ ਮੈਂਬਰਾਂ ਨੂੰ ਹਰ ਰੋਜ਼ ਦੱਸ ਰਿਹਾ ਸੀ ਗੋਲਡ ਲਾਉਣ ਉਹਦੇ ਨਾਂ 'ਤੇ, ਝੂਠਾ 420 ਕਰਕੇ ਗੋਲਡ ਲਾਉਣ ਕਰਵਾਇਆ ਗਿਆ। ਅਤੇ ਹੋਰ ਵੀ ਜਿਹੜੇ ਜਾਤੀ ਸੂਚਕ ਸ਼ਬਦ SC ਐਕਟ ਦੇ ਅਧੀਨ ਆਉਂਦੇ ਨੇ ਉਹਦੇ ਸੰਬੰਧ ਵਿੱਚ ਅਸੀਂ ਹੁਣ ਡਿਪਟੀ ਸਾਹਿਬ ਨੂੰ, ਸਾਡੀ 7 ਮੈਂਬਰੀ ਕਮੇਟੀ ਕੀਤੀ, ਜੇਕਰ ਸਾਨੂੰ ਲੱਗਿਆ ਕਿ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਸਾਰੇ ਵੀਰ ਮੈਂ ਭਰੋਸਾ ਦਵਾਉਣਾ ਕਿ ਅਸੀਂ ਰੋਡ ਦੇ ਵਿਚਾਲੇ ਸਭ ਤੋਂ ਅੱਗੇ ਗ੍ਰਿਫਤਾਰੀ ਵੀ ਦੇਵਾਂਗੇ ਅਤੇ ਸਭ ਤੋਂ ਅੱਗੇ ਹੋ ਕੇ ਉੱਥੇ ਲੜਾਈ ਲੜਾਂਗੇ। ਇਸਕੇ ਬਾਰੇ ਮੈਂ ਜਾਣਕਾਰੀ DSP ਸਮਾਨਾ ਜਸਵੰਤ ਸਿੰਘ ਮਾਂਗਟ ਨੇ ਦੀ ਔਰ ਬਤਾਇਆ ਕਿ ਜਲਦੀ ਹੀ ਕਥਿਤ ਆਰੋਪੀ ਕੋ ਗ੍ਰਿਫਤਾਰ ਕਰ ਲਿਆ ਜਾਏਗਾ। ਵਿਕਰਮਜੀਤ ਸਿੰਘ ਇੱਥੇ ਹੀਰੋ ਮੋਟਰਸਾਈਕਲ ਵਾਲੀ ਏਜੰਸੀ 'ਚ ਕੰਮ ਕਰਦਾ ਸੀਗਾ। ਲੋਕਡਾਊਨ ਦੌਰਾਨ ਉਹਨੇ ਘਰ ਰਿਹਾ ਅਤੇ 2-3 ਮਹੀਨੇ ਬਾਅਦ ਗਿਆ, ਇਹਨੇ ਆਪਦੀ ਤਨਖਾਹ ਮੰਗੀ ਅਤੇ ਮੈਨੂੰ ਨੌਕਰੀ ਦੁਬਾਰਾ ਲਾਉਣ ਬਾਰੇ ਕਿਹਾ। ਇਹਦੇ ਵਿੱਚ ਇਹਨਾਂ ਦਾ ਆਪਸ ਵਿੱਚ ਤੂਤੂ ਮਹਿਮਾ ਹੋ ਗਈ, ਉਹਨਾਂ ਨੇ ਇਹਨੂੰ ਮੰਦਾ ਚੰਗਾ ਬੋਲਿਆ। ਇਹ ਗੁੱਸੇ 'ਚ ਆ ਕੇ ਇਹਨੇ ਨਹਿਰ 'ਚ ਭਾਖੜਾ 'ਚ 20 ਤਰੀਕ ਨੂੰ ਛਾਲ ਮਾਰਤੀ। ਇਹਦੀ ਅੱਜ ਡੈੱਡ ਬੋਡੀ ਖਨੌਰੀ ਤੋਂ ਮਿਲੀ। ਉਹਦਾ ਇਹਦੀ ਵਾਈਫ ਦੇ ਬਿਆਨਾਂ 'ਤੇ ਉਹਦੇ ਖਿਲਾਫ ਮਾਲਕ ਦੇ FIR ਦਰਜ ਕਰ ਦਿੱਤੀ ਗਈ ਹੈ। ਪੌਰਲ ਜੈਨ ਹੀਰੋ ਮੋਟਰਸਾਈਕਲ ਦੇ ਮਾਲਕ ਦੇ ਖਿਲਾਫ ਕੀਤਾ ਹੈ। ਇਹ FIR ਨੰਬਰ 85 ਅੰਡਰ ਸੈਕਸ਼ਨ 306 IPC ਦਾ ਮੁਕੱਦਮਾ ਦਰਜ ਕਰਕੇ ਡੈੱਡ ਬੋਡੀ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਕੈਮਰਾਮੈਨ ਬਾਸਮ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ, ਸਮਾਨਾ ਨਿਊਜ਼।